ਅਥਾਹ ਸੁਹੱਪਣ ਦੇ ਬਾਵਜੂਦ ਨੰਗਲ ਸੈਰ ਸਪਾਟੇ ਦੇ ਤੌਰ ਤੇ ਵਿਕਸਿਤ ਨਹੀਂ ਹੋ ਸਕਿਆ ਕਿਉਂਕਿ ਇਸ ਦੇ ਕਈ ਕਾਰਨ ਹਨ। ਇਹ ਖੂਬਸੂਰਤ ਸ਼ਹਿਰ ਪਾਖੜਾ ਡੈਮ ਦੇ ਪੈਰਾਂ ਚ ਵਸਿਆ ਹੋਇਆ ਹੈ। ਜਿਸ ਥਾਂ ਤੇ ਅਸੀਂ ਹੁਣ ਖੜੇ ਹਾਂ ਇਹ ਨੰਗਲ ਦੇ ਕਰੀਬ ਬਰਮਲਾ ਪਿੰਡ ਹੈ ਜਿਹੜਾ ਬਹੁਤ ਹੀ ਖੂਬਸੂਰਤ ਹੈ। ਇਸ ਦੇ ਨਾਲ ਹਿਮਾਚਲ ਪ੍ਰਦੇਸ਼ ਦੀ ਸਰਹੱਦ ਲੱਗਦੀ ਹੈ, ਉਹ ਵੀ ਇੱਕ ਨੀ ਦੋ ਜ਼ਿਲ੍ਹਿਆਂ ਦੀ। ਨੰਗਲ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਜ਼ਿਲ੍ਹੇ ਬਿਲਾਸਪੁਰ ਦੀ ਸਰਹੱਦ ਵੀ ਲੱਗਦੀ ਹੈ ਤੇ ਉਨਾ ਜ਼ਿਲ੍ਹਾ ਦੀ ਸਰਹੱਦ ਵੀ ਲੱਗਦੀ ਹੈ। ਜਿਸ ਥਾਂ ਤੋਂ ਅਸੀਂ ਖੜੇ ਹਾਂ ਇਸ ਪਹਾੜੀ ਤੋਂ, ਬਰਮਲਾ ਦੀ ਇਸ ਪਹਾੜੀ ਤੋਂ ਨੰਗਲ ਬਹੁਤ ਹੀ ਖੂਬਸੂਰਤ ਲੱਗਦਾ ਹੈ। ਨੰਗਲ ਦੀ ਵਿਸ਼ਾਲ ਝੀਲ ਜਿਸ ਨੂੰ ਪ੍ਰਵਾਸੀ ਪੰਛੀਆਂ ਦੇ ਕਾਰਨ ਵੀ ਜਾਣਿਆ ਜਾਂਦਾ ਹੈ, ਇਸ ਦਾ ਸੁਹੱਪਣ ਵਧਾਉਣ ਦੇ ਲਈ ਪ੍ਰਵਾਸੀ ਪੰਛੀ ਅਕਤੂਬਰ ਤੋਂ ਮਾਰਚ ਤੱਕ ਆਉਂਦੇ ਹਨ। ਪਾਖੜਾ ਡੈਮ ਦੇ ਪੈਰਾਂ ਚ ਵਸਿਆ ਸ਼ਹਿਰ ਨੰਗਲ ਸੈਰ ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਦੇ ਬਾਵਜੂਦ ਸਰਕਾਰੀ ਬੇਰੁਖੀ ਕਰਕੇ ਸੈਰਗਾਹ ਨਹੀਂ ਬਣ ਸਕਿਆ। ਇਸ ਸ਼ਹਿਰ ਦੇ ਵਿੱਚ ਸੈਰ ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ 13 ਵਾਰੀ ਨੰਗਲ ਆਏ। ਉਹਨਾਂ ਦਾ ਨੰਗਲ ਨਾਲ ਅਥਾਹ ਪਿਆਰ ਸੀ ਤੇ ਉਹਨਾਂ ਦੀ ਦੇਖਰੇਖ ਵਿੱਚ ਹੀ ਪਾਖੜਾ ਨੰਗਲ ਪ੍ਰੋਜੈਕਟ ਨੇਪਰੇ ਚਾੜਿਆ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਨਾਲ ਹੀ ਨੰਗਲ ਦੀ ਖੂਬਸੂਰਤ ਸਤਲੁਜ ਝੀਲ ਦੇ ਕੰਢੇ ਬਣੇ ਸ਼ੀਸ਼ਾ ਘਰ ਦੇ ਵਿੱਚ ਗਲਾਸ ਹਾਊਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਚੀਨ ਦੇ ਉਸ ਸਮੇਂ ਦੇ ਮੁਖੀ ਚਾਓ ਐਨ ਲਾਈ ਨਾਲ ਹੋਈ ਤੇ ਸਾਡਾ ਤੇ ਚੀਨ ਦੇ ਵਿਚਾਲੇ ਅਹਿਮ ਪੰਚਸ਼ੀਲ ਸਮਝੌਤਾ ਹੋਣ ਦੇ ਵਿੱਚ ਆਇਆ ਜਿਹੜਾ ਅੱਜ ਵੀ ਸਾਡੇ ਦੋਨਾਂ ਦੇਸ਼ਾਂ ਦੀਆਂ ਸਬੰਧਾਂ ਦਾ ਮੂਲ ਆਧਾਰ ਹੈ। ਅਥਾਹ ਸੰਭਾਵਨਾਵਾਂ ਦੇ ਬਾਵਜੂਦ ਇਸ ਨੀਮ ਪਹਾੜੀ ਖੇਤਰ ਨੂੰ ਵਿਕਸਿਤ ਨਹੀਂ ਕੀਤਾ ਗਿਆ। ਹੋਰ ਤਾਂ ਹੋਰ ਪੰਜਾਬ ਸਰਕਾਰ ਨੇ ਇੱਥੇ ਚੱਲਦਾ ਬਹੁਤ ਹੀ ਖੂਬਸੂਰਤ ਕਦੰਬਾ ਟੂਰਿਸਟ ਕੰਪਲੈਕਸ ਇਸ ਕਰਕੇ ਬੰਦ ਕਰ ਦਿੱਤਾ ਕਿ ਨਵਾਂ ਬਣਾਇਆ ਜਾਵੇਗਾ। ਨਵਾਂ ਬਣਿਆ ਨਹੀਂ ਤੇ ਪੁਰਾਣੀ ਇਮਾਰਤ ਵੀ ਢਹਿ ਢੇਰੀ ਹੋ ਗਈ, ਜਿਸ ਕਾਰਨ ਸਥਾਨਕ ਨਿਵਾਸੀਆਂ ਚ ਬਹੁਤ ਰੋਸ ਹੈ। ਨੰਗਲ ਪਾਖੜਾ ਪ੍ਰੋਜੈਕਟ ਦੇਖਣ ਲਗਭਗ 5 ਲੱਖ ਤੋਂ ਵੱਧ ਟੂਰਿਸਟ ਆਉਂਦੇ ਹਨ, ਪਰ ਪਾਖੜਾ ਡੈਮ ਤੇ ਸੁਰੱਖਿਆ ਕਾਰਨਾਂ ਕਰਕੇ ਅਜਿਹੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਕਿ ਉੱਥੇ ਸੈਰ ਸਪਾਟੇ ਦੀ ਸੰਭਾਵਨਾ 0 ਹੋ ਗਈ ਹੈ। ਸੁਰੱਖਿਆ ਕਾਰਨਾਂ ਦੇ ਚਲਦੇ ਪਾਖੜਾ ਡੈਮ ਦੇ ਅੰਦਰੂਨੀ ਹਿੱਸੇ ਬੇਸ਼ੱਕ ਬੰਦ ਕੀਤੇ ਗਏ ਹਨ, ਪਰ ਨੰਗਲ ਦੇ ਵਿੱਚ ਅਜਿਹੀ ਸੰਭਾਵਨਾ ਹੈ ਕਿ ਇਸ ਖਿੱਤੇ ਨੂੰ ਸੈਰ ਸਪਾਟੇ ਦੇ ਤੌਰ ਤੇ ਵਿਕਸਿਤ ਕੀਤਾ ਜਾ ਸਕਦਾ ਹੈ। ਸੈਲਾਨੀ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਨਿਰਾਸ਼ ਹੁੰਦੇ ਹਨ ਕਿਉਂਕਿ ਇੱਥੇ ਬੋਟਿੰਗ ਤੱਕ ਦਾ ਪ੍ਰਬੰਧ ਨਹੀਂ ਹੈ। ਹੋਰ ਤਾਂ ਹੋਰ ਵਾਈਲਡ ਲਾਈਫ ਡਿਪਾਰਟਮੈਂਟ ਨੇ ਬੇਸ਼ੱਕ ਬਹੁਤ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਹਨ ਤੇ ਜੰਗਲੀ ਜੀਵ ਵਿਆਖਿਆ ਕੇਂਦਰ ਬਣਾਇਆ ਹੈ, ਪਰ ਪ੍ਰਵਾਸੀ ਪੰਛੀਆਂ ਨੂੰ ਨੇੜਿਓਂ ਤੱਕਣ ਦੇ ਲਈ ਵਾਚ ਟਾਵਰ ਤੱਕ ਅਜੇ ਨਹੀਂ ਲਗਾਏ ਗਏ। ਇਸ ਸ਼ਹਿਰ ਦੇ ਵਿੱਚ ਇੱਕ ਫੂਡ ਸਟਰੀਟ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਸ਼ਹਿਰ ਨੰਗਲ ਧਰਮਸ਼ਾਲਾ ਮੁੱਖ ਮਾਰਗ ਤੇ ਪੈਂਦਾ ਹੈ ਔਰ ਦਲਾਈ ਲਾਮਾ ਜੀ ਤੇ ਉਹਨਾਂ ਦੇ ਅਨੁਯਾਈ ਵੀ ਇਸੇ ਸ਼ਹਿਰ ਤੋਂ ਲੰਘਦੇ ਹਨ ਤੇ ਹਿਮਾਚਲ ਦੇ ਵੱਖ ਵੱਖ ਭਾਗਾਂ ਦੇ ਲਈ ਟ੍ਰੈਫਿਕ ਇਸ ਸ਼ਹਿਰ ਤੋਂ ਹੋ ਕੇ ਜਾਂਦਾ ਹੈ, ਜਿਵੇਂ ਚੰਬਾ ਲਈ, ਹਮੀਰਪੁਰ ਦੇ ਲਈ। ਇਸ ਥਾਂ ਤੇ ਮੋਲ ਕਾਲੀਆ ਪਾਰਕ ਚ ਫੂਡ ਸਟਰੀਟ ਚੱਲ ਸਕਦੀ ਹੈ ਕਿਉਂਕਿ ਸਾਰਾ ਟ੍ਰੈਫਿਕ ਉੱਥੋਂ ਹੋ ਕੇ ਜਾਂਦਾ ਹੈ। ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ। ਕੁਦਰਤ ਵੱਲੋਂ ਬਖਸ਼ੇ ਅਥਾਂ ਸੁਹੱਪਣ ਦੇ ਬਾਵਜੂਦ ਨੰਗਲ ਚੰਗੀ ਸੈਰਗਾਹ ਨਹੀਂ ਬਣ ਸਕਿਆ ਕਿਉਂਕਿ ਸਰਕਾਰੀ ਹਨੇਰੇ ਕਾਰਨ ਨੰਗਲ ਦੇ ਵਿਕਾਸ ਵਿੱਚ ਖੜੋਤ ਆ ਗਈ ਹੈ। ਨੰਗਲ ਪਾਖੜਾ ਪ੍ਰੋਜੈਕਟ ਦੇਖਣ ਹਰ ਵਰੇ 5 ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ। ਨੰਗਲ ਆਉਣ ਵਾਲੇ ਸੈਲਾਨੀ ਨਿਰਾਸ਼ ਹੋ ਕੇ ਪਰਤਦੇ ਹਨ ਕਿਉਂਕਿ ਇੱਥੇ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਪੰਜਾਬ ਸਰਕਾਰ ਦੇ ਬਹੁਤ ਹੀ ਸੂਝਵਾਨ ਅਫਸਰਾਂ ਨੇ ਨਵੀਂ ਉਸਾਰੀ ਦੇ ਚੱਕਰ ਵਿੱਚ ਚੰਗਾ ਭਲਾ ਚੱਲਦਾ ਕਦੰਬਾ ਟੂਰਿਸਟ ਕੰਪਲੈਕਸ ਹੀ ਬਰਬਾਦ ਕਰ ਦਿੱਤਾ ਹੈ। ਨਵੀਂ ਇਮਾਰਤ ਤਾਂ ਬੜੀ ਨਹੀਂ, ਪੁਰਾਣੀ ਵੀ ਖੰਡਰ ਹੋ ਗਈ ਹੈ। ਨੰਗਲ ਨਗਰ ਕੌਂਸਲ ਇਸ ਨੂੰ ਗੈਸਟ ਹਾਊਸ ਹੀ ਬਣਾ ਲਵੇ ਕਿਉਂਕਿ ਸੈਰ ਸਪਾਟਾ ਵਿਭਾਗ ਦਾ ਮੌਨਧਾਰੀ ਬੈਠਾ ਹੈ। ਹਿਮਾਚਲ ਪ੍ਰਦੇਸ਼ ਲਈ ਨੰਗਲ ਪ੍ਰਵੇਸ਼ ਦੁਆਰ ਹੈ। ਹਮੀਰਪੁਰ, ਧਰਮਸ਼ਾਲਾ, ਚੰਬਾ ਲਈ ਸੈਲਾਨੀ ਨੰਗਲ ਤੋਂ ਹੋ ਕੇ ਜਾਂਦੇ ਹਨ। ਨੰਗਲ ਧਰਮਸ਼ਾਲਾ ਮਾਰਗ ਤੇ ਸਥਿਤ ਅਮੋਲ ਕਾਲੀਆ ਪਾਰਕ ਦੇ ਇੱਕ ਕੋਨੇ ਵਿੱਚ ਫੂਡ ਸਟਰੀਟ ਚੱਲ ਸਕਦੀ ਹੈ। ਨਗਰ ਕੌਂਸਲ ਦੇ ਛੋਟੇ ਯਤਨ ਨਾਲ ਰੁਜ਼ਗਾਰ ਪੈਦਾ ਹੋ ਸਕਦਾ ਹੈ। ਕੌਂਸਲਰ ਸ਼ਿਵਾਨੀ ਠਾਕੁਰ ਅਨੁਸਾਰ ਨਗਰ ਕੌਂਸਲ ਨੇ ਫੂਡ ਸਟਰੀਟ ਵਿੱਚ ਬੂਥ ਬਣਾ ਕੇ ਰੈਂਟ ਤੇ ਹੀ ਦੇਣੇ ਹਨ, ਕੰਮ ਤਾਂ ਲੋਕ ਹੀ ਕਰ ਲੈਣਗੇ। ਇਸ ਯਤਨ ਨਾਲ ਸੜਕਾਂ ਤੇ ਲੱਗੀਆਂ ਰੇਹੜੀਆਂ ਵੀ ਹਟਣਗੀਆਂ। ਸੁਰੱਖਿਆ ਕਾਰਨਾਂ ਕਰਕੇ ਹੁਣ ਪਾਖੜਾ ਡੈਮ ਖਿੱਤੇ ਵਿੱਚ ਸੈਰ ਸਪਾਟੇ ਦੀ ਸੰਭਾਵਨਾ ਨਹੀਂ ਰਹੀ, ਇਸ ਲਈ ਨੰਗਲ ਨੂੰ ਹੀ ਵਿਕਸਿਤ ਕਰਨਾ ਪਵੇਗਾ। ਨੰਗਲ ਪਾਖੜਾ ਮੁਫ਼ਤ ਰੇਲ ਨੈਟਵਰਕ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵੱਡੇ ਬਜਟ ਦੀ
ਲੋੜ ਹੈ। ਇਸਰੇਲ ਵਿੱਚ ਸੈਲਾਨੀ ਨੈਲਾ ਓਲੀਡਾ ਤੱਕ ਚਾਹ ਨਾਲ ਯਾਤਰਾ ਕਰਦੇ ਹਨ। ਸਰਕਾਰ ਨੇ ਨੰਗਲ ਡੈਮ ਝੀਲ ਨੂੰ ਰਾਸ਼ਟਰ ਜਲਗਾਹ ਐਲਾਨਿਆ ਹੈ। ਰੂਸ, ਚੀਨ, ਯੂਕਰੇਨ ਆਦਿ ਮੁਲਕਾਂ ਤੋਂ ਹਰ ਵਰੇ ਹਜ਼ਾਰਾਂ ਪ੍ਰਵਾਸੀ ਪੰਛੀ ਨੰਗਲ ਆਉਂਦੇ ਹਨ ਅਤੇ ਅਕਤੂਬਰ ਤੋਂ ਮਾਰਚ ਤੱਕ ਠਹਿਰਦੇ ਹਨ। ਪ੍ਰਸਿੱਧ ਚੌਗਿਰਦਾ ਪ੍ਰੇਮੀ ਪ੍ਰਭਾਤ ਪੱਟੀ, ਡਾਕਟਰ ਸੰਜੀਵ ਗੌਤਮ, ਡਾਕਟਰ ਗੁਲਜੀਤ ਸਿੰਘ ਚੱਠਾ, ਡਾਕਟਰ ਅਸ਼ੋਕ ਸ਼ਰਮਾ ਆਦਿ ਦੀ ਮੰਗ ਹੈ ਕਿ ਸੈਲਾਨੀਆਂ ਦੀ ਸਹੂਲਤ ਲਈ ਝੀਲ ਲਾਗੇ ਵਾਚ ਟਾਵਰ ਲਾਏ ਜਾਣ। ਸਾਡੇ ਨਾਲ ਇਸ ਵੇਲੇ ਗੱਲ ਕਰਨ ਲਈ ਮੌਜੂਦ ਨੇ ਸ਼੍ਰੀ ਯੋਗੇਸ਼ ਸਚਦੇਵਾ ਜੀ, ਜਿਹੜੇ ਚੁਗਿਰਦਾ ਪ੍ਰੇਮੀ ਵੀ ਨੇ, ਸਮਾਜ ਸੇਵਕ ਵੀ ਨੇ, ਔਰ ਨੰਗਲ ਬਾਰੇ, ਨੰਗਲ ਦੇ ਵਿਕਾਸ ਬਾਰੇ ਉਹ ਬਹੁਤ ਚਿੰਤਿਤ ਰਹਿੰਦੇ ਆ, ਔਰ ਸਰਕਾਰ ਨੂੰ ਕਾਫੀ ਸਾਰੀਆਂ ਚਿੱਠੀਆਂ, ਮੰਗ ਪੱਤਰ ਵੀ ਨੰਗਲ ਦੇ ਵਿਕਾਸ ਬਾਰੇ, ਔਰ ਖਾਸ ਤੌਰ ਤੇ ਸੈਰ ਸਪਾਟੇ ਦੀ ਦ੍ਰਿਸ਼ਟੀ ਤੋਂ ਨੰਗਲ ਨੂੰ ਵਿਕਸਿਤ ਕਰਨ ਬਾਰੇ ਇਹ ਬਹੁਤ ਸਾਰੇ ਅਹਿਮ ਦਸਤਾਵੇਜ਼ਾਂ ਨਾਲ ਚਿੱਠੀ ਪੱਤਰ ਭੇਜਦੇ ਆ। ਹੁਣ ਕਰਾਂਗੇ ਗੱਲ ਯੋਗੇਸ਼ ਸਚਦੇਵਾ ਜੀ ਦੇ ਨਾਲ। ਨੰਗਲ ਸ਼ਹਿਰ ਜਿੱਥੇ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਵਸਾਇਆ ਗਿਆ ਸ਼ਹਿਰ ਹੈ, ਉਸੇ ਤਰ੍ਹਾਂ ਇਸ ਸ਼ਹਿਰ ਦੇ ਉੱਤੇ ਕਾਦਰ ਦੀ ਕੁਦਰਤ ਨੇ ਅਥਾਹ ਬਖਸ਼ਿਸ਼ਾਂ ਕੀਤੀਆਂ ਹਨ। ਜਿਵੇਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਘਿਰਿਆ ਹੋਇਆ ਇਹ ਖਿੱਤਾ ਜੋ ਇਸ ਦੀ ਭੂਗੋਲਿਕਤਾ ਨੂੰ ਦਰਸਾਉਂਦਾ ਹੈ, ਸਤਲੁਜ ਦਾ ਸ਼ਾਂਤ ਤੇ ਨਿਰਮਲ ਵਹਿੰਦਾ ਪਾਣੀ ਇਹਦੀ ਛਟਾ ਨੂੰ ਚਾਰ ਚੰਦ ਲਗਾਉਂਦਾ ਹੈ। ਸਿਰਫ ਇੱਥੇ ਜੇ ਕਮੀ ਹੈ ਤਾਂ ਸਿਰਫ ਇਸ ਗੱਲ ਦੀ ਹੈ ਕਿ ਇਸ ਸ਼ਹਿਰ ਨੂੰ, ਜਿਹੜਾ ਕੁਦਰਤ ਦੀ ਸੁਹੱਪਣ ਦੇ ਵਿੱਚ ਵਸਿਆ ਹੋਇਆ ਸ਼ਹਿਰ ਹੈ, ਹਮੇਸ਼ਾ ਸਾਡੇ ਲੀਡਰਾਂ ਨੇ, ਰਾਜਨੇਤਾਵਾਂ ਨੇ ਇਸ ਨੂੰ ਨਕਾਰਿਆ ਹੈ। ਨੰਗਲ ਸ਼ਹਿਰ ਹਿਮਾਚਲ ਦੀ ਹੱਦ ਦੇ ਉੱਤੇ ਪੰਜਾਬ ਦਾ ਆਖਰੀ ਸ਼ਹਿਰ ਹੈ, ਔਰ ਕੁਦਰਤ ਦੇ ਪੱਖੋਂ ਇਸ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਅਜਿਹੀ ਕਮੀ ਨਹੀਂ ਹੈ ਕਿ ਅਸੀਂ ਇਹਨੂੰ ਟੂਰਿਸਟ ਹੱਬ, ਮਤਲਬ ਸੈਲਾਨੀਆਂ ਦਾ ਖਿੱਚ ਦਾ ਕੇਂਦਰ ਬਣਾ ਸਕੀਏ। ਨੰਗਲ ਸ਼ਹਿਰ ਦੇ ਵਿੱਚ ਚੱਲਣ ਵਾਲੀ ਇੱਕੋ ਇੱਕ ਟ੍ਰੇਨ ਹੈ ਜਿਹੜੀ ਬਿਲਕੁਲ ਮੁਫ਼ਤ ਚੱਲਦੀ ਹੈ। ਯਾਤਰੀਆਂ ਦੇ ਆਉਣ ਜਾਣ ਦੇ ਲਈ ਕੋਈ ਕਿਸੇ ਤਰ੍ਹਾਂ ਦੀ ਜੱਦੋਜਹਿਦ ਨਹੀਂ ਕਰਨੀ ਪੈਂਦੀ, ਕਿਉਂਕਿ ਨੰਗਲ ਸ਼ਹਿਰ ਜਿਹੜਾ ਹਿਮਾਚਲ ਦੇ ਵਿੱਚੋਂ ਲੰਘਣ ਵਾਲੀਆਂ ਬੱਸਾਂ ਉਹ ਨੰਗਲ ਦੇ ਵਿੱਚੋਂ ਹੋ ਕੇ ਜਾਂਦੀਆਂ ਹਨ, ਔਰ ਰੇਲਵੇ ਦੁਆਰਾ ਬਹੁਤ ਜ਼ਿਆਦਾ ਜਿਹੜੀਆਂ ਪੈਸੰਜਰ ਟ੍ਰੇਨ, ਐਕਸਪ੍ਰੈਸ ਟ੍ਰੇਨ, ਇੰਟਰਸਿਟੀ ਐਕਸਪ੍ਰੈਸ ਟ੍ਰੇਨਾਂ ਵੀ ਇੱਥੇ ਚੱਲ ਰਹੀਆਂ ਹਨ। ਸੋ ਮੇਰੀ ਇੱਕ ਆਸ ਹੈ ਕਿ ਇਹ ਸ਼ਹਿਰ ਨੂੰ ਜਿੰਨਾ ਨਿਖਾਰਿਆ ਜਾਵੇ, ਜਿੰਨਾ ਵਧੀਆ ਉਸਾਰਿਆ ਜਾਵੇ, ਤਾਂ ਕਿ ਇੱਥੇ ਰੁਜ਼ਗਾਰ ਦੇ ਸਾਧਨ ਪੈਦਾ ਹੋ ਸਕਣ ਤੇ ਹਰ ਲੋਕ ਜਿਹੜੇ ਆ ਕੇ ਇੱਥੇ ਆਨੰਦ ਮਾਣ ਸਕਣ। ਗ੍ਰਹਿਣ ਇਸ ਸ਼ਹਿਰ ਨੂੰ ਲੱਗਿਆ ਮਾੜੀ ਸੋਚ ਦਾ। ਜੇ ਇਹ ਸ਼ਹਿਰ ਵਿਕਸਿਤ ਨਹੀਂ ਹੋ ਸਕਿਆ, ਇਹ ਹਮੇਸ਼ਾ ਤੋਂ ਪਛਾੜਿਆ ਗਿਆ, ਇਸ ਸ਼ਹਿਰ ਦੇ ਪ੍ਰਤੀ ਧਿਆਨ ਨਹੀਂ ਦਿੱਤਾ ਗਿਆ, ਜੇ ਇਸ ਦੀਆਂ ਜ਼ਮੀਨੀ ਹਕੀਕਤਾਂ ਨੂੰ ਜਾਣਿਆ ਜਾਵੇ, ਭਾਖੜਾ ਡੈਮ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ, ਭਾਖੜਾ ਡੈਮ ਦੀ ਸੁਰੱਖਿਆ ਪ੍ਰਤੀ ਵਿਸ਼ੇਸ਼ ਧਿਆਨ ਦਿੰਦੇ ਹੋਏ ਬਾਕੀ ਨੰਗਲ ਸ਼ਹਿਰ ਨੂੰ ਕਿਸੇ ਵੀ ਢੰਗ ਨਾਲ ਵਿਕਸਿਤ ਕੀਤਾ ਜਾ ਸਕਦਾ ਸੀ, ਜਿਹੜਾ ਕਿ ਕੀਤਾ ਨਹੀਂ ਗਿਆ। ਨੰਗਲ ਦੇ ਖੂਬਸੂਰਤ ਸੁਹੱਪਣ ਬਾਰੇ ਅੱਜ ਅਸੀਂ ਵਿਸ਼ੇਸ਼ ਪੇਸ਼ਕਸ਼ ਕੀਤੀ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦੇ ਲਈ। ਉਮੀਦ ਹੈ ਉਹਨਾਂ ਨੂੰ ਇਹ ਪਸੰਦ ਆਏਗੀ ਤੇ ਉਹ ਇਸ ਖੂਬਸੂਰਤ ਸ਼ਹਿਰ ਦੇ ਵੱਲ ਜ਼ਰੂਰ ਕਦੇ ਆਉਣਗੇ ਤੇ ਨਾਲ ਹੀ ਨਾਲ ਸਰਕਾਰ ਵੀ ਇਸ ਵੱਲ ਧਿਆਨ ਦੇਵੇਗੀ। ਅਜੀਤ ਵੈਬ ਟੀਵੀ ਲਈ ਨੰਗਲ ਤੋਂ ਗੁਰਪ੍ਰੀਤ ਗਰੇਵਾਲ।